ਟੋਟਲ ਪੰਜਾਬ ਦੇ ਅੰਦਰ ਪੌਨਿਕ 280 ਬੱਸ ਫੜ ਲਈ ਗਈ ਹੈ ਜੀ ਸੋ ਉਸ ਬੱਸ ਨਾਲ ਸਾਡੀ ਜਿਹੜੀ ਕਮਾਈ ਹੈ ਤੁਹਾਨੂੰ ਵਧਾਈ ਦੇਣਾ ਚਾਹਨਾ ਹੈ ਕਿ 40 ਲੱਖ ਰੁਪਿਆ ਅਪਰੋਕਸੀਮੇਟਲੀ ਇੱਕ ਦਿਨ ਦੀ ਕਮਾਈ 40 ਲੱਖ ਰੁਪਏ ਦਾ ਮੁਨਾਫਾ ਵਾਦਾ ਸਾਨੂੰ ਪੀਆਰਟੀਸੀ ਨੂੰ ਤੇ ਟੂਰ ਵੇਜ਼ ਨੂੰ ਹੋਇਆ ਸੋ ਟਾਈਮ ਟੇਬਲ ਕੋਈ ਸੈੱਟ ਨਹੀਂ ਕੀਤਾ ਪਰਮਿਟ ਸੀਗੇ ਉਹ ਸਰੈਂਡਰ ਹੋਏ ਵੇ ਸਾਡੇ ਬਿਕੋਸ ਸਾਡੇ ਕੋਲ ਬੱਸੇ ਜ਼ੈਣੀ ਆ ਇਸੇ ਕਰਕੇ ਅਸੀਂ ਸਰੈਂਡਰ ਕਰ ਦਿੱਤੇ ਗਏ ਪੁਰਾਣੇ ਕੁਝ ਧੱਕੇ ਨਾਲ ਪੁਰਾਣੀ ਸਰਕਾਰ ਨੇ ਸਰੈਂਡਰ ਕਰਾ ਦਿੱਤੇ ਗਏ ਜਿੱਥੇ ਕਮਾਈ ਦਾ ਸਾਧਨ ਸੀ ਜਿਹੜੇ ਅੱਜ ਸਰਦਾਰ ਲੋਕ ਕਹਿੰਦੇ ਕਿ 300 ਬੱਸ ਇੱਕ ਬੱਸ ਤੋਂ 300 ਬੱਸ ਦਾ ਸਫ਼ਰ ਕਿਸ ਤਰ੍ਹਾਂ ਆਰਬਿਟ ਐਵੀਏਸ਼ਨ ਆਈ ਕਿਸ ਤਰ੍ਹਾਂ ਜਾਜਾਂ ਦੀ ਕੰਪਨੀ ਆਈ ਕਿਸ ਤਰ੍ਹਾਂ ਇੱਕ ਟਰੈਕਟਰ ਤੋਂ ਇੱਕ ਵੱਡੇ سرمਾਈਦਾਰ ਬਣੇ ਵੱਡੇ ਵੱਡੇ ਹੋਟਲ ਬਣੇ ਇਹਦੇ ਪਿੱਛੇ ਸਾਰਾ ਰਾਜ ਹੈਗਾ 100-100 ਹਜ਼ਾਰ-ਹਜ਼ਾਰ ਕਰੋੜ ਦੇ ਜਿਹੜੇ ਹੋਟਲ ਬਣੇ ਇਹਦੇ ਪਿੱਛੇ ਸਾਰੀ ਕਹਾਣੀ ਹੈਗੀ ਇਹ ਤੁਸੀਂ ਸਭ ਜਾਣਦੇ ਹੋ ਇਹਨਾਂ ਨੇ ਉਹ ਰੂਟਸ ਬੰਦ ਕਰਵਾਏ ਤੱਕੇ ਨਾ ਫੋਰਸਫੁਲੀ ਜਾਣ ਬੁੱਝ ਕੇ ਤੇ ਆਪਦੀ ਬੱਸ ਉਸ ਤੇ ਲਈ ਕਿਉਂਕਿ ਉਹ ਕਮਾਈ ਵਾਲਾ ਸੌਦਾ ਸੀ ਜਿੱਥੇ ਘਾਟੇ ਵਾਲਾ ਸੌਦਾ ਸੀ ਉੱਥੇ ਪੀਆਰਟੀਸੀ ਤੇ ਪੰਜ ਬੱਸ ਨੂੰ ਚਲਾਇਆ ਕਿਉਂਕਿ ਮਾਲਕੇ ਸਨ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਇਹਨਾਂ ਨੂੰ ਕੋਈ ਹੱਥ ਪਾਉਣ ਵਾਲਾ ਨਹੀਂ ਸੀ ਇਹ ਤਾਂ ਉਹ ਬੱਸਾਂ ਹੁਣ ਅਸੀਂ ਚਲਾਉਣ ਜਾ ਰਹੇ ਹਾਂ ਫਿਰ ਹੌਲੀ ਹੌਲੀ ਜਿਹੜਾ ਬੱਸ ਚ ਜਿਹੜੀ ਬੱਸ ਕੰਡਮ ਹੁੰਦੀ ਗਈ ਉਹ ਰੂਟ ਸਰੈਂਡਰ ਹੁੰਦਾ ਗਿਆ ਜਿਹੜੀ ਬੱਸ ਕੰਡਮ ਹੁੰਦੀ ਗਈ ਉਹ ਰੂਟ ਸਰੈਂਡਰ ਹੁੰਦਾ ਗਿਆ ਹੁਣ ਅਸੀਂ ਨਵੀਆਂ ਬੱਸੇਸ ਪਾ ਕੇ ਅਸੀਂ ਦੁਬਾਰਾ ਫੇਰ ਉਹਨਾਂ ਦੇ ਆਪਦੇ ਪੈਸੇ ਪਰ ਕੇ ਉਹ ਰੂਟਸ ਅਸੀਂ ਚਲਾਵਾਂਗੇ ਜਿੰਤੋਂ ਤੱਕ ਵਿਡਿੰਗ ਪਿੰਡ ਦੀ ਗੱਲ ਹੈ ਕੋਈ ਗੱਲ ਨਹੀਂ ਅਗਰ ਨਹੀਂ ਥਲਦੀ ਨਹੀਂ ਹੁੰਦੀ ਖੜਦੀ ਤਾਂ ਕੋਈ 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 ਨਾਟ ਓਨਲੀ ਵੇਡਿੰਗ ਇੱਕ ਭੁੰਦਰ ਪਿੰਡ ਹੈ ਇੱਕ ਦੋਲਾ ਪਿੰਡ ਹੈ ਜਿੱਥੇ ਬੱਸਸ ਨਹੀਂ ਖੜਦੀਆਂ ਉਹਨਾਂ ਦੇ ਅਸੀਂ ਕਿਉਂਕਿ ਉਹ ਰਸਤੇ ਸਟੇਜ ਬਣਾਉਣਾ ਪੈਂਦਾ ਹੈ ਕਾਗਜ਼ਾਂ ਦੇ ਵਿੱਚ ਸਟੇਜ ਹੋਣਾ ਚਾਹੀਦਾ ਮੇਰੇ ਖਲ ਸਟੇਜ ਹੀ ਇੱਕ ਸ਼ਬਦ ਹੈਗਾ ਸੋ ਉਹ ਉਹ ਜੇ ਹੋਏਗਾ ਟਿਕਟ ਤੇ ਉਹਦਾ ਨਾਂ ਛਪੇਗਾ ਉਰੀ ਅਸੀਂ ਪ੍ਰਕਿਰਿਆ ਜਲਦੀ ਪੂਰੀ ਕਰਾ ਦੇਾਂਗੇ ਜੇ ਸਬ ਡਿਪੋ ਗਿੱਦੜਬੇ ਆ ਸਕਦਾ ਹੈ ਜੇ ਸਾਡੇ ਕਮਾਈਚ ਵਾਦਾ ਹੋ ਸਕਦਾ ਹੈ ਔਰ ਜੇ ਸਾਡੇ ਡਿਪੂਆਂ ਦੀ ਔਰ ਬੱਸ ਸਟੈਂਡ ਚ ਸਾਫ ਸੁਥਰਾ ਵਾਤਾਵਰਨ ਆ ਸਕਦਾ ਔਰ ਇਹਨਾਂ ਦੇ ਟੈਂਡਰ ਲੱਗ ਸਕਦੇ ਆ ਤੇ ਜੇ 842 ਬੱਸਾਂ ਨਵੀਆਂ ਆ ਪਾਸ ਸਕਣ ਤਾਂ ਤੇ ਵਿੜਗ ਪਿੰਡ ਵੀ ਬੱਸ ਖੜਨ ਲੱਗ ਪੈਗੀ ਭੁੰਦੜ ਵੀ ਖੜਨ ਲੱਗ ਪੈਗੀ ਦੌਲੇ ਵੀ ਖੜਨ ਲੱਗ ਪਈ ਇਹ ਛੋਟੀ ਗੱਲ ਹੈ ਇਹ ਤਾਂ ਛੋਟਾ ਜਿਹਾ ਮਸਾਲਾ ਹੈ ਇਹ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਪੰਜਾਬ ਦੇ ਨਾਗਰਿਕੋਂ ਤੇ ਤੁਸੀਂ ਵੀ ਆਮ ਇਨਸਾਨ ਹੋ ਤੇ ਤੁਸੀਂ ਵੀ ਪੰਜਾਬ ਨਾਲ ਜੁੜੇ ਹੋ ਜੇ ਕੋਈ ਚੰਗੀ ਗੱਲ ਹੋ ਰਹੀ ਹੋਵੇ ਉਹ ਚੰਗੀ ਦੀ ਪ੍ਰਸ਼ੰਸਾ ਕਰੋ ਤਾਂ ਜੋ ਸਾਨੂੰ ਤੁਹਾਡੇ ਨਾਲ ਬਲ ਮਿਲਣਾ ਹੈ ਤੁਸੀਂ ਕਹੋ ਵੀ ਚੰਗਾ ਕੰਮ ਕਰ ਰਹੇ ਹੋ ਤੇ ਚੰਗੇ ਦੀ ਪ੍ਰਸ਼ੰਸਾ ਹੋਣੀ ਚਾਹੀਏ ਨਾ ਕਿ ਇੱਕ ਵਿੜੰਗ ਦੀ ਚਲਾ ਦਿਓ ਵੀ ਵਿੜੰਗ ਨਹੀਂ ਬਸ ਠੱਲੀ ਜਾਂਦੀ ਸੋ ਮੈਂ ਵਿੜੰਗਾਂ ਦਾ ਇਕੱਲਾ ਟਰਾਂਸਪੋਰਟ ਮੰਤਰੀ ਨਹੀਂ ਹਾਂ ਮੈਂ ਪੂਰੇ ਪੰਜਾਬ ਦਾ ਟਰਾਂਸਪੋਰਟ